ਕਿ ਹਰਜੀਤ ਸਿੰਘ ਨੂੰ ਸ਼ਾਇਦ ਇੱਥੇ ਪੇਸ਼ ਕਰਨਗੇ ਅਤੇ ਉਹਦੀ ਅਸੀਂ ਵੇਟ ਵਾਸਤੇ ਇੰਤਜ਼ਾਰ ਲਈ ਇੱਥੇ ਖੜ੍ਹੇ ਸੀ ਕਿ ਉਹਨਾਂ ਨੂੰ ਮਿਲਦੇ ਹਾਂ ਅਤੇ ਕੀ ਉਹਨਾਂ ਦੀ ਪੁਜੀਸ਼ਨ ਹਾਲਾਤ ਕੀ ਹੈ, ਕੈਸੇ ਉਹਨਾਂ ਨਾਲ ਕੋਈ ਸਲਾਹ ਗਿਣਤੀ, ਅਗਰ ਸਾਡੇ ਨਾਲ ਕੋਈ ਮੁਲਾਕਾਤ ਹੋ ਸਕਦੀ ਹੋਈ ਤਾਂ ਉਹਨਾਂ ਦੀ ਕੋਈ ਦਵਾਈ ਦਾਊ। ਗ੍ਰਿਫ਼ਤਾਰੀ ਦੇ ਦੂੰਗਾ। ਅਮਰਤਪਾਲ ਜੀ ਬਾਰੇ ਉਹ ਵੀ ਚਿੰਤਤ ਸੀਗੇ, ਉਹ ਕਿਉਂ ਅਜੇ ਤੱਕ ਉਹਨਾਂ ਦਾ ਕੋਈ ਪਤਾ, ਉਹ ਕਹਿੰਦੇ ਸਾਨੂੰ ਪੁੱਛਿਆ ਉਹਨੇ ਕਿ ਤੁਹਾਨੂੰ ਕੋਈ ਉਹਦੀ ਜਾਣਕਾਰੀ ਹੈ, ਉਹਦੇ ਬਾਰੇ ਚ ਸਾਨੂੰ ਤੇ ਇਹੋ ਹੀ ਮੀਡੀਆ ਦੇ ਥਰੂ ਹੀ ਪਤਾ ਹੈ ਵੀ ਅਜੇ ਤੱਕ ਉਹ ਪੁਲਿਸ ਕਹਿ ਰਹੀ ਹੈ ਵੀ ਨਹੀਂ ਸਾਡੇ ਸਾਨੂੰ ਨਹੀਂ ਪਤਾ ਉਹਦੇ ਬਾਰੇ ਚ। ਹਾਂ ਉਦੋਂ ਇਕੱਠੇ ਗਏ, ਨਹੀਂ ਨਹੀਂ ਅਲੱਗ ਅਲੱਗ ਤੇ ਰਸਤੇ ਚ ਕਿਤੇ ਹੋ ਗਏ, ਘਰ ਤੋਂ ਤੇ ਇਕੱਠੇ ਗਏ। ਹਾਂਜੀ ਸਰੈਂਡਰ ਕੀਤਾ ਉਹਨਾਂ ਨੇ, ਨਹੀਂ ਨਹੀਂ ਕਿਸੇ ਨੇ ਕਿਸੇ ਨੇ, ਹਾਂਜੀ ਹਾਂ ਪਾਈ ਹੋਈ ਹੈ। ਮੈਨੂੰ ਵੀ ਉਮੀਦ ਹੈ ਕਿ ਪਕੜ ਚ ਹੋਊਗਾ, ਮੈਂ 100% ਸ਼ੋਰ ਨਹੀਂ ਕਹਿ ਸਕਦਾ, ਲੇਕਿਨ ਜਿੱਦਾਂ ਦੇ ਹਾਲਾਤ ਹੈ ਮੈਂ ਨਹੀਂ, ਪਹਿਲਾਂ ਇਕੱਠੇ ਗਏ ਸਾਂ ਉੱਥੇ, ਪਤਾ ਨਹੀਂ ਕਿਵੇਂ ਪੁਲਿਸ ਅਫਸਰਾਂ ਨਾਲ ਗੱਲ ਕਰਨ ਡਿਆ ਪਿਆ, ਉਦੋਂ ਮਗਰੋਂ ਉਦੋਂ ਮੈਂ ਜਦੋਂ ਵਾਪਸ ਆਏ ਉਦੋਂ ਉਹ ਬੰਦੇ ਹੈ ਨਹੀਂ ਸੀ ਵਿੱਚ ਗੱਡੀ ਦੇ। ਬਕਵਾਸ ਕੀਤਾ ਜਾ ਰਿਹਾ, ਖਾਲੀ ਬਦਨਾਮ ਕੀਤਾ ਜਾ ਰਿਹਾ, ਇਸ ਇਹੋ ਜਿਹੀ ਕੋਈ ਗੱਲ ਨੀ, ਤੁਸੀਂ ਵੀ ਡੇਲੀ ਜਾਂਦੇ ਸੀ ਉੱਥੇ, ਇਹਨਾਂ ਪੁਲਿਸ ਨੇ ਵੀ ਸਰਚ ਕੀਤੀ ਹੈ, ਇਹੋ ਜਿਹਾ ਤਾਂ ਕੋਈ AKF ਦਾ ਬੜਾ ਜ਼ਿਕਰ ਹੋ ਰਿਹਾ ਕਿ ਇਹ ਫੌਜ ਤਿਆਰ ਕੀਤੀ ਜਾ ਰਹੀ ਸੀ ਤੇ ਜਿੰਨੇ ਬੰਦੇ ਸ਼ੁਰੂ ਤੋਂ ਉਨੇ ਹੀ ਹੁਣ ਤੱਕ ਸੀ, ਫੌਜ ਕਿਹੜੀ ਫੌਜ ਤਿਆਰ ਕੀਤੀ ਉਹਨਾਂ ਨੇ, ਇਹ ਸਾਡੇ ਖਾਲੀ ਉਹਨੂੰ ਬਦਨਾਮ ਕੀਤਾ ਜਾ ਰਿਹਾ ਬਿਨਾਂ ਵਜ੍ਹਾ। ਬਦਨਾਮ ਕੀਤਾ ਜਾ ਰਿਹਾ, ਇਹੋ ਜਿਹੀ ਕੋਈ ਗੱਲ ਨੀ, ਨਾ ਕਿਸੇ ਨਾਲ ਲਿੰਕ ਨੀ ਉਹਦੇ, ਉਹ ਨੋਰਮਲ ਕੰਮ ਕਰ ਰਿਹਾ ਸੀ, ਬਸ ਇਹਨਾਂ ਨੂੰ ਪਤਾ ਨੀ ਕੀ ਤਕਲੀਫ ਆ, ਇਹ ਆਪਣੇ ਕੰਮ ਨੀ ਕਰ ਰਹੇ, ਹੋਰ ਉਹਨਾਂ ਬਦਨਾਮ ਕਰਨ ਵਾਸਤੇ ਲੱਗੇ ਹੋਏ। ਚਲੋ ਉਹ ਤੇ ਦਲਜੀਤ ਸਿੰਘ ਕਲਸੀ ਦੱਸ ਸਕਦੇ ਆ ਜਾਂ ਹੋਰ ਹਾਈ ਲੈਵਲ ਦੇ ਬੰਦੇ ਦੱਸ ਸਕਦੇ, ਸਾਨੂੰ ਜਿੰਨੀ ਕਿ ਸਾਡੇ ਨੌਲੇਜ ਸੀ ਏਦਾਂ ਦੀ, ਸਾਨੂੰ ਤਾਂ ਨਹੀਂ ਕੋਈ ਜਾਣਕਾਰੀ। ਚਲੋ ਉਹ ਤੇ ਹੁਣ ਸਮਾਂ ਦੱਸੇਗਾ। ਹਰਜੀਤ ਸਿੰਘ ਦਾ ਸਾਨੂੰ ਇਹਨਾਂ ਰਾਤ ਨੂੰ ਇਹ ਦੱਸਿਆ ਤੇ ਦਿਨੇ ਮੀਡੀਆ ਤੋਂ ਪਤਾ ਲੱਗਾ ਕਿ ਉਹ ਗ੍ਰਿਫ਼ਤਾਰ ਹੋ ਗਏ ਆ, ਤੇ ਹੁਣ ਮੀਡੀਆ ਹੁਣ ਇੱਥੋਂ ਨਿਊਜ਼ ਤੋਂ ਹੀ ਪਤਾ ਲੱਗ ਗਿਆ ਵੀ ਉਹਨਾਂ ਸ਼ਾਇਦ ਬਾਬਕਾਲਾ ਲੈ ਕੇ ਆ ਰਹੇ, ਇਸ ਲਈ ਇੱਥੇ ਇਸੇ ਕਰਕੇ ਅਸੀਂ ਇੱਥੇ ਨਹੀਂ, ਸਾਰੇ ਨਜਾਇਜ਼ ਨਹੀਂ ਸੀ, ਹੁਣ ਬਾਅਦ ਚ ਨਜਾਇਜ਼ ਬਣਾ ਦਿੱਤੇ, ਹੁਣ ਤਾਂ ਵੱਖਰੀ ਗੱਲ ਹੈ, ਪਹਿਲਾਂ ਤਾਂ ਸਾਰੇ ਜਾਇਜ਼ ਸੀਗੇ। ਹਾਂਜੀ ਅਸੀਂ ਵੇਖ ਉਹਨਾਂ ਦੀ ਵੇਟ ਕਰ ਰਹੇ ਹਾਂ ਇੱਥੇ, ਤਾਂ ਕੁਛ ਹੁਣ ਪਤਾ ਨਹੀਂ ਕਿ ਉਹ ਲੈ ਕੇ ਆਉਂਦੇ ਆ ਕਿ ਨਹੀਂ ਲੈ ਕੇ ਆਉਂਦੇ, ਇਹ ਵੀ ਚਲੋ ਉਹ ਵੀ ਹੋ ਸਕਦਾ ਹੈ, ਪਤਾ ਨੀ ਕਿਉਂ ਜਦੋਂ 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 ਸਾਰੀਆਂ ਚੀਜ਼ਾਂ ਪੰਜਾਬ ਚ ਵਾਪਰ ਰਹੀਆਂ ਤੇ ਫਿਰ ਆਸਾਮ ਲੈ ਕੇ ਜਾਣ ਦੀ ਤੇ ਕੋਈ ਤੁੱਕ ਨੀ, ਕਿਉਂ ਇਸ ਚੀਜ਼ ਨੂੰ ਇੰਨਾ ਹਾਈਲਾਈਟ ਏਦਾਂ ਲੋਕਾਂ ਨੂੰ ਭੰਬਲ ਭੁੱਸੇ ਚ ਪਾਇਆ ਜਾ ਰਿਹਾ, ਉਹਨਾਂ ਦੇ ਖਿਲਾਫ਼ ਕਿਉਂ ਇਹੋ ਜਿਹਾ ਪ੍ਰੋਪਗੈਂਡਾ ਕੀਤਾ ਜਾ ਰਿਹਾ, ਉਹ ਇੱਕ ਨੋਰਮਲ ਆਦਮੀ ਸੀ, ਉਹਨਾਂ ਨੂੰ ਏਡੇ ਵੱਡੇ ਕ੍ਰਿਮੀਨਲ ਪੇਸ਼ ਕੀਤਾ ਜਾ ਰਿਹਾ, ਕਿਉਂ ਇਹ ਸਮਝ ਨਹੀਂ ਆ, ਨਹੀਂ ਡਰ ਸਾਨੂੰ ਇਹੋ ਹੀ ਹੈ ਕਿ ਉਹਨਾਂ ਨੂੰ ਸਾਹਮਣੇ ਕਿਉਂ ਨਹੀਂ ਲਿਆ ਰਹੇ, ਉਹਨੂੰ ਉਹ ਉਹਨਾਂ ਨਾਲ ਕੋਈ ਗਲਤ ਫੇਕ ਇਨਕਾਊਂਟਰ ਆ ਰਿਹਾ ਵਗੈਰਾ ਦਾ ਡਰ ਸਾਡੇ ਮਨ ਚ ਹਰ ਵੇਲੇ, ਜਿੰਨਾ ਚਿਰ ਟਾਈਮ ਵਧੀ ਜਾਂਦਾ ਉਹਨਾਂ ਚਿਰ ਡਰ ਵਧੀ ਜਾਂਦਾ ਸਰ। ਪਰਿਵਾਰ ਨੂੰ ਮਿਲਿਆ ਪ੍ਰਸ਼ਾਸਨ ਤੁਹਾਡੇ ਘਰ ਰੋਜ਼ਾਨਾ? ਨਹੀਂ 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 ਕੋਈ ਉਹ ਪਰਸੋਂ ਤੋਂ ਬਾਅਦ ਚ ਕੋਈ ਗੱਲ ਨਹੀਂ, ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਕਿ ਸਮਰਥਕਾਂ ਨੂੰ ਵੀ ਪਿੰਡਾਂ ਚੁੱਕ ਰਹੇ ਨੇ ਪੁਲਿਸ ਵਾਲੇ? ਹਾਂ ਬਹੁਤ ਤੰਗ ਕੀਤਾ ਜਾ ਰਿਹਾ, ਹਰ ਜਗ੍ਹਾ ਤੋਂ ਇਹ ਖਬਰ ਮਿਲੀ ਹੈ ਕਿ ਜੋ ਵੀ ਕੋਈ ਉਹਨਾਂ ਨਾਲ ਕਿਸ ਦੀ ਫੋਟੋ ਆ, ਕੋਈ ਉਹਨਾਂ ਨੂੰ ਮਿਲਿਆ, ਉਹਨਾਂ ਨੂੰ ਸਾਰਿਆਂ ਨੂੰ ਪਰੇਸ਼ਾਨ ਕਰ ਰਿਹਾ, ਡਰਾਇਆ ਜਾ ਰਿਹਾ ਸਾਰਿਆਂ ਲੋਕਾਂ ਨੂੰ।
ਨਹੀਂ ਇਹੋ ਜਿਹੀ ਤੇ ਨਹੀਂ ਮਹਿਸੂਸ ਕਰਦੇ ਅਸੀਂ ਐਸੀ ਇਹ ਚੀਜ਼ਾਂ ਕਿ ਉਹ ਚੰਗੇ ਕੰਮ ਲਈ ਆਏ ਸੀ ਚੰਗਾ ਕੰਮ ਕਰ ਰਹੇ ਸੀ ਇਹ ਬਦਨਾਮ ਕਰ ਰਹੇ ਵੱਖਰੀ ਗੱਲ ਹੈ ਉਹ ਜੋ ਆਪੇ ਸੱਚ ਸਾਰੇ ਲੋਕਾਂ ਦੇ ਪ੍ਰਗਟ ਉੱਥੇ ਗੁਰਦੁਆਰਾ ਸਾਹਿਬ 'ਚ ਨੌਜਵਾਨ ਰੱਖੇ ਹੋਏ ਆ ਤੇ ਉੱਥੇ ਵੀ ਉਹ ਕਹਿੰਦੇ ਕਿ ਪ੍ਰਸ਼ਾਸਨ ਗਿਆ ਸੀ ਉਹਨਾਂ ਨੇ ਕਿਹਾ ਕਿ ਭਜਾ ਦੋ ਕਾਰਵਾਈ ਹੋਈ ਸੀ ਪਤਾ ਨਹੀਂ ਪ੍ਰਸ਼ਾਸਨ ਨੇ ਉਹਨਾਂ ਦਬਕਾ ਦੁਕਾ ਮਾਰਿਆ ਨਹੀਂ ਤੁਹਾਡੇ ਤੇ ਕੇਸ ਪਾ ਦਾਂਗੇ ਤੁਸੀਂ ਉਹ ਕਰ ਦਾਂਗੇ ਕੁਝ ਬੰਦੇ ਚਲੇ ਗਏ ਕੁਝ ਅਜੇ ਵੀ ਪਿੰਡੋਂ ਕਿੰਨੇ ਬੰਦੇ ਚੁੱਕੇ ਗਏ ਆ ਜੀ ਕਿੰਨੇ ਪਿੰਡ ਤੋਂ ਮੇਰੇ ਖਿਆਲ 5-7 ਬੰਦੇ ਤੇ ਚੁੱਕ ਲਏ ਤੇ ਹੋਰ ਵੀ ਇੱਕ ਲੋਕਾਂ ਦੇ ਘਰਾਂ 'ਚ ਪੁਲਿਸ ਜਾ ਰਹੀ ਹੈ ਤੇ ਸਾਰੇ ਅੰਮ੍ਰਿਤਪਾਲ ਸਿੰਘ ਦੇ ਨਾਲ ਹੀ ਜਿਹੜੇ ਬੰਦੇ ਚੁੱਕੇ ਗਏ ਉਹ ਇਹ ਹੀ ਹੈ ਕਿ ਪਿੰਡ ਦੇ ਲੋਕ ਹੋਣ ਦੇ ਨਾਲ ਉਹਨਾਂ ਦੇ ਮਿਲਦੇ ਜੁਲਦੇ ਸੀ ਜਿਹੜੇ ਉਹਨਾਂ ਨੂੰ ਜਨਾਜ਼ੇ ਜਦੋਂ ਕੱਟਣੇ ਸੀ ਉਹਦੇ ਨਾਲ ਹੀ ਸੀ ਕੀ ਮਾਹੌਲ ਹੋਣਾ ਇਸ ਵੇਲੇ ਪਿੰਡ ਦੇ ਲੋਕ ਠੀਕ ਠਾਕ ਹੈ ਪਿੰਡ ਦੇ ਲੋਕ ਚੜ੍ਹਦੀ ਕਲਾ 'ਚ